ਦੇਖੋ ਜੀ, ਹਰੇਕ ਬੰਦੇ ਦੇ ਲਾਈਫ ਵਿੱਚ ਇੱਕ ਇਹੋ ਜਿਹਾ ਸਮਾਂ ਆਉਂਦਾ, ਬੁਰਾ ਵਕਤ ਆਪਾਂ ਕਹਿ ਸਕਦੇ ਹਾਂ, ਉਸ ਬੁਰੇ ਵਕਤ ਵਿੱਚ ਜਿਹੜਾ ਤੁਹਾਡਾ ਹੁਨਰ ਆ ਉਹ ਅੰਦਰ ਝਗੜਾ ਹੁੰਦਾ ਅਤੇ ਉਹਨੂੰ ਬਾਹਰ ਕਿਵੇਂ ਕੱਢਣਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਅਤੇ ਜਦੋਂ ਮੇਰੇ 'ਤੇ ਇੱਕ ਮਾੜਾ ਸਮਾਂ ਆਇਆ ਅਤੇ ਮੈਂ ਸੋਚਣ ਲੱਗ ਪਿਆ ਬਈ ਕਰਨਾ ਕੀ ਆ ਹੁਣ, ਅਤੇ ਕਿਸੇ ਨੇ ਕਿਹਾ ਨਹੀਂ ਬਾਹਰ ਚਲ ਜਾ, ਕੋਈ ਕਹਿੰਦਾ ਨਹੀਂ ਇਹ ਕਰਨਾ, ਕੋਈ ਉਹ ਹੈ ਨਾ, ਜਿਹੜੀ ਆਪਾਂ ਬਚਪਨ ਵਿੱਚ ਲਿਖਦੇ ਹਾਂ ਆਪਾਂ ਆਪਾਂ ਹਮੇਸ਼ਾ ਹੀ ਉਹਨੂੰ ਰਖਵਾਈਦਾ ਸੀਗਾ ਉੱਥੇ, ਜਦ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਸਕਣ। ਅਤੇ ਉਹ ਬਜ਼ੁਰਗ ਜਦੋਂ ਸਾਡੇ ਕੋਲ ਆਇਆ ਉਹ ਫੱਟੀ ਵੱਲ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਹੋ ਗਏ ਕਿਉਂਕਿ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ, ਮੈਂ ਹਰਪ੍ਰੀਤ ਸਿੰਘ ਮੂਣਕ ਤੁਹਾਡਾ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਪੁੱਜੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਵਿੱਚ, ਜਿੱਥੇ ਆਪਾਂ ਤੁਹਾਨੂੰ ਐਸੇ ਪੰਜਾਬੀ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਬਹੁਤ ਸਾਰੇ ਪੰਜਾਬੀ ਦੇ ਵਿੱਚ ਕਲਾਕ੍ਰਿਤੀ ਕੀਤੀ ਹੈਗੀ ਆ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਾਡੇ ਨਾਲ ਮੌਜੂਦ ਆ ਸਰਦਾਰ ਹਰਮਨ ਸਿੰਘ ਜੀ। ਹਰਮਨ ਸਿੰਘ ਜੀ, ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਭਾਅ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਬੂ ਭਾਅ ਜੀ ਤੁਹਾਡਾ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ, ਅਸੀਂ ਤਹਿ ਦਿਲ ਤੋਂ ਤੁਹਾਡੇ ਧੰਨਵਾਦੀ ਹਾਂ। ਅੱਛਾ ਹਰਮਨ ਜੀ, ਜਿਹੜਾ ਤੁਸੀਂ ਅੱਜ ਕਲਾਕਾਰੀ ਕਰ ਰਹੇ ਹੈਗੇ ਆ, ਇਹਦੇ ਵਿੱਚ ਇਹਦਾ ਤੁਹਾਨੂੰ ਸ਼ੌਂਕ ਕਿਵੇਂ ਪਿਆ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈਗੀ ਆ, ਕਿਵੇਂ ਸ਼ੌਂਕ ਪਿਆ? ਦੇਖੋ ਜੀ, ਹਰੇਕ ਬੰਦੇ ਦੇ ਲਾਈਫ ਵਿੱਚ ਇੱਕ ਇਹੋ ਜਿਹਾ ਸਮਾਂ ਆਉਂਦਾ, ਬੁਰਾ ਵਕਤ ਆਪਾਂ ਕਹਿ ਸਕਦੇ ਉਹਨੂੰ, ਉਸ ਬੁਰੇ ਵਕਤ ਵਿੱਚ ਜਿਹੜਾ ਤੁਹਾਡਾ ਹੁਨਰ ਆ ਉਹ ਅੰਦਰ ਝਲਕਦਾ ਹੁੰਦਾ ਅਤੇ ਉਹਨੂੰ ਬਾਹਰ ਕਿਵੇਂ ਕੱਢਣਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਅਤੇ ਜਦੋਂ ਮੇਰੇ 'ਤੇ ਇੱਕ ਮਾੜਾ ਸਮਾਂ ਆਇਆ ਅਤੇ ਮੈਂ ਸੋਚਣ ਲੱਗ ਪਿਆ ਬਈ ਕਰਨਾ ਕੀ ਆ ਹੁਣ, ਕਿ ਕਿਸੇ ਨੇ ਕਿਹਾ ਨਹੀਂ ਬਾਹਰ ਚਲ ਜਾ, ਕੋਈ ਕਹਿੰਦਾ ਨਹੀਂ ਇਹ ਕਰਨਾ, ਕੋਈ ਉਹ ਹੈ ਨਾ। ਅਤੇ ਸਾਡੇ ਗੁਰਦੁਆਰਾ ਸਾਹਿਬ ਆ, ਮੈਂ ਮੇਰਾ ਪਿੰਡ ਮੂਨਕਾ ਆ ਅਤੇ ਗੁਰਦੁਆਰਾ ਟਾਹਲੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ, ਮੈਂ ਉੱਥੇ ਗਿਆ ਅਤੇ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਅੱਗੇ ਕਿ ਰਸਤੇ ਬਹੁਤ ਨੇ, ਤੁਸੀਂ ਦੱਸੋ ਮੈਂ ਕਿਹੜਾ ਰਸਤਾ ਚੁਣਾ। ਹੈ ਨਾ, ਅਰਦਾਸ ਬੇਨਤੀ ਕਰਕੇ ਹਜੇ ਘਰ ਆਈ ਹਾਂ ਅਤੇ ਇੱਕ ਬਾਈ ਦੀ, ਬਾਈ ਹਰਵਿੰਦਰ ਆ USA ਵਿੱਚ, ਅਤੇ ਉਹਨਾਂ ਦੀ ਜਿਹੜੀ ID ਮੈਨੂੰ ਸ਼ੋ ਹੋਈ ਇੰਸਟਾਗ੍ਰਾਮ 'ਤੇ, ਅਤੇ ਜਿਹੜੀ ਇੱਕ ਆਈਡੀਆ ਸੀਗਾ ਉਹ ਉਹਨਾਂ ਤੋਂ ਮਿਲਿਆ, ਅਤੇ ਮੈਂ ਬਾਈ ਨੂੰ ਮੈਸੇਜ ਵੀ ਕੀਤਾ, ਮੈਂ ਕਿਹਾ ਯਾਰ ਭਾਅ ਜੀ ਮੈਂ ਅਰਦਾਸ ਬੇਨਤੀ ਕਰਕੇ ਆਇਆ ਅਤੇ ਤੁਹਾਡੀ ਜਿਹੜੀ ID ਮੈਨੂੰ ਸ਼ੋ ਹੋ ਗਈ, ਅਤੇ ਮੈਂ ਦੇਖੋ ਧੰਨਵਾਦ ਆ। ਫਿਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਜਿੱਥੇ ਤੁਹਾਨੂੰ ਸਪੋਰਟ ਦੀ ਜ਼ਰੂਰਤ ਆਪਾਂ ਕਰਾਂਗੇ। ਅਤੇ ਉੱਥੋਂ ਫਿਰ ਮੇਰਾ ਇਹ ਪੰਜਾਬੀ ਗੁਰਮੁਖੀ ਨਾਲ ਜੁੜਨ ਦਾ ਜਿਹੜਾ ਸੁਪਨਾ ਪੂਰਾ ਹੋਇਆ। ਅੱਛਾ ਹਰਮਨ ਵੀਰੇ, ਜਦੋਂ ਆਪਾਂ ਇਸ ਕੰਮ ਦੀ ਸ਼ੁਰੂਆਤ ਕੀਤੀ ਹੈਗੀ ਜੀ, ਔਰ ਕਿੰਨੇ ਕੁ ਸਮੇਂ ਤੋਂ ਆਪਾਂ ਨੂੰ ਹੋ ਗਿਆ ਹੈਗਾ ਆਪਾਂ ਇਸੇ ਸਿਸਟਮ ਦੇ ਵਿੱਚ ਆਇਆ ਨੂੰ, ਔਰ ਹੁਣ ਤੱਕ ਆਪਾਂ ਕਿੰਨੀਆਂ ਕੁ ਕਲਾਕਾਰੀ ਕਰ ਚੁੱਕੇ ਹੈਗੇ? ਦੇਖੋ ਜੀ, ਸਟੈਪ ਬਾਏ ਸਟੈਪ ਮੈਂ ਪਿਛਲੇ 2021 ਵਿੱਚ ਕੀਤਾ ਸੀ ਇਹ ਕੰਮ ਸ਼ੁਰੂ। 2021 ਵਿੱਚ ਫਸਟ ਸ਼ੋਅ ਮੇਰਾ ਜਿਹੜਾ ਹੁਸ਼ਿਆਰਪੁਰ ਦਾ ਸੀ ਰੋਸ਼ਨ ਗਰਾਊਂਡ, ਉਹਦੇ ਵਿੱਚ ਫਿਰ ਜਿੱਦਾਂ ਜਿਵੇਂ ਜਿਵੇਂ ਆਪਾਂ ਪਬਲਿਕ ਨਾਲ ਜਾਂ ਸੰਗਤਾਂ ਨਾਲ ਵਿਚਰਦੇ ਗਏ, ਇਵੇਂ ਇਵੇਂ ਉਹਨਾਂ ਨੇ ਸ਼ਬਦ IDA ਜਾਂ ਹਰਵਿੰਦਰ ਭਾਅ ਜੀ ਦੀ ਕੁਛ ਹਲਾਸ਼ੇਰੀ ਕਹਿ ਦਿਉ, ਉਹਨਾਂ ਨੇ ਬਹੁਤ ਕੀਤਾ ਸਪੋਰਟ ਸਾਨੂੰ, ਅਤੇ ਸਟੈਪ ਬਾਏ ਸਟੈਪ ਫਿਰ ਜੁੜਦੇ ਗਏ, ਕੰਮ ਕਰਦੇ ਗਏ। ਅੱਛਾ ਅਰਮਨ ਵੀਰੇ, ਇੱਕ ਤੁਹਾਨੂੰ ਹੋਰ ਸਾਡਾ ਅਹਿਮ ਸਵਾਲ ਹੈਗਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਉਹ ਜ਼ਿਆਦਾ ਇੰਗਲਿਸ਼ ਨੂੰ ਜਾਂ ਦੂਜੀਆਂ ਭਾਸ਼ਾ ਨੂੰ ਪਹਿਲ ਦੇ ਆਧਾਰ 'ਤੇ ਰੱਖਦੀ, ਆਪਣੀ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਰਹੀ ਹੈਗੀ ਆ, ਪਰ ਤੁਹਾਡੇ ਦਿਮਾਗ ਦੇ ਵਿੱਚ ਆਪਾਂ ਇਸ ਮਾਂ ਬੋਲੀ ਪੰਜਾਬੀ ਨੂੰ ਸਾਂਭਣ ਦਾ ਕਿਵੇਂ ਆਇਆ? ਦੇਖੋ ਜੀ, ਆਪਾਂ ਕਿਤੇ ਵੀ ਚਲ ਜਾਈਏ ਤਾਂ ਸਾਨੂੰ ਹਰੇਕ ਕੁਛ ਇੰਗਲਿਸ਼ ਵਿੱਚ ਹੀ ਮਿਲਦਾ। ਹੁਣ ਸਾਡੇ ਜਿਹੜੇ ਮਾਤਾ ਪਿਤਾ ਜ਼ਿਆਦਾ ਪੰਜਾਬੀ ਨਾਲ ਹੀ ਜੁੜੇ ਹੋਏ ਨੇ, ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ, ਪਰ ਜਦੋਂ ਮੈਂ ਵਿਚਰਦਾ ਸੀਗਾ ਤਾਂ ਹਰੇਕ ਬੰਦਾ ਇੰਗਲਿਸ਼ ਵਿੱਚ ਗੱਲ ਕਰਦਾ ਸੀ। ਆਪਾਂ ਕਿਤੇ ਵੀ ਕੋਈ ਸ਼ਬਦ ਲੈਣ ਜਾਈਏ ਤਾਂ ਸਾਨੂੰ ਉਹੀ ਸ਼ਬਦ ਮਿਲਦੇ ਸੀ ਜਿਹੜੇ ਉੱਥੇ ਦੁਕਾਨ 'ਤੇ ਪਏ ਹੁੰਦੇ ਸੀ। ਅਤੇ ਮੇਰੇ ਹੁਣ ਦਿਮਾਗ 'ਚ ਇਹ ਸੀਗਾ ਕਿ ਤੁਸੀਂ ਸਾਡੇ ਤੋਂ 1430 ਅੰਗਾਂ ਵਿੱਚੋਂ ਕੋਈ ਵੀ ਸ਼ਬਦ ਜਿਹੜਾ ਬੰਦੇ ਦੇ ਦਿਲ ਨੂੰ ਟੱਚ ਕਰਦਾ ਹੋਵੇ ਉਹ ਫਿਰ ਬਣਾ ਸਕਦੇ ਹੋ, ਇਸੇ ਕਰਕੇ ਮੈਂ ਇਸ ਫੀਲਡ ਵਿੱਚ ਆਇਆ। ਅੱਛਾ, ਇਸ ਕੰਮ ਨੂੰ ਸਿੱਖਣ ਲਈ ਸਾਨੂੰ ਕਿੰਨਾ ਕੁ ਟਾਈਮ ਲੱਗਾ? ਦੇਖੋ ਜੀ, ਸਿੱਖਣ ਨੂੰ ਤਾਂ ਹਜੇ ਵੀ ਸਿੱਖੀ ਜਾਂਦੇ ਹਾਂ ਸਟੈਪ ਬਾਈ ਸਟੈਪ, ਜਿਵੇਂ ਜਿਵੇਂ ਤੁਸੀਂ ਬਿਹਤਰ ਹੁੰਦੇ ਜਾਂਦੇ ਹਾਂ। ਇਸ ਫੀਲਡ ਵਿੱਚ ਇਹ ਫੀਲਡ ਇਹੋ ਜਿਹੀ ਆ ਸਾਡੀ ਹੈਂਡਮੇਡ ਦੀ, ਤੁਸੀਂ ਜਿੰਨਾ ਕੰਮ ਕਰੋਗੇ ਓਨਾ ਹੀ ਘੱਟ ਆ। ਜਿੰਨਾ ਵੀ ਆਪਾਂ ਕਲਾਕਾਰੀ ਕਰਦੇ ਹੈਗੇ ਜਾਂ ਹੱਥ ਲਿਖਤ, ਸਾਰਾ ਹੱਥਾਂ ਨਾਲ ਲਿਖਦੇ ਜਾਂ ਮਸ਼ੀਨਰੀ ਹੁੰਦੀ? ਦੇਖੋ, ਮਸ਼ੀਨ ਆ ਇੱਕ, ਸਿਰਫ ਉਹਨੇ ਮੈਨੂਅਲ ਵਰਕ ਹੀ ਕਰਨਾ, ਬਾਕੀ ਪੂਰੀ ਕਟਿੰਗ ਮੈਨੂਅਲ ਆ। ਅੱਛਾ ਜੀ, ਯਾਨੀ ਕਿ ਹੱਥਾਂ ਨਾਲ ਕਟਿੰਗ ਹੁੰਦੀ ਆ, ਸਿਰਫ ਜਿੱਦਾਂ ਸੂਈ ਚੱਲਦੀ ਆ ਆਪਾਂ ਸਿਲਾਈ ਮਸ਼ੀਨ 'ਚ ਲਾਉਂਦੇ ਆ ਇੱਦਾਂ। ਇੱਕ ਡਿਜ਼ਾਈਨ ਬਣਾਉਣ ਨੂੰ ਜਾਂ ਇੱਕ ਗੁਰਬਾਣੀ ਦੀ ਪੰਕਤੀ ਲਿਖਣ ਨੂੰ ਕਿੰਨਾ ਕੁ ਟਾਈਮ ਲੈਂਦੇ ਆ? ਦੇਖੋ, ਡਿਪੈਂਡ ਕਰਦਾ ਕਿੰਨੀ ਛੋਟੀ ਆ, ਜੇ ਤਾਂ ਵੱਡੀ ਹੋਵੇ ਫਿਰ ਜਲਦੀ ਹੋ ਜਾਂਦਾ, ਜਿੰਨੀ ਬਰੀਕ ਕਟਿੰਗ ਹੋਵੇ ਓਨਾ ਜ਼ਿਆਦਾ ਟਾਈਮ ਲੱਗਦਾ, ਟੈਕਨੀਕਲ ਪੁਆਇੰਟ ਹੋ ਜਾਂਦਾ। ਜੀ ਜੀ। ਅੱਛਾ ਅੱਛਾ ਅਰਮਨ ਵੀਰੇ, ਜਿੱਦਾਂ ਕਿ ਜਦੋਂ ਕੋਈ ਸਮਾਜ ਦੇ ਵਿੱਚ ਸਾਡੇ ਕੋਈ ਨਵੀਂ ਚੀਜ਼ ਸ਼ੁਰੂਆਤ ਕਰਦਾ ਹੈਗਾ ਤਾਂ ਲੋਕ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ, ਅਤੇ ਲੋਕ ਉਤਸ਼ਾਹਿਤ ਕਰਨ ਵਾਲੇ ਵੀ ਬਹੁਤ ਹੁੰਦੇ ਆ, ਪਰ
ਤੁਹਾਨੂੰ ਇਸ ਕੰਮ ਨੂੰ ਸ਼ੁਰੂਆਤ ਕਰਦੇ ਕੰਮ ਦੇ ਸਮੇਂ ਕਿਹੜੀਆਂ ਕਿਹੜੀਆਂ ਦਿੱਕਤ ਪਰੇਸ਼ਾਨੀਆਂ ਆਈਆਂ? ਦੇਖੋ ਜੀ, ਕੋਈ ਵੀ ਫੀਲਡ ਵਿੱਚ ਜਦੋਂ ਤੁਸੀਂ ਨਵੇਂ ਆਉਂਦੇ ਆ ਤੇ ਕੁਝ ਬੰਦੇ ਹੁੰਦੇ ਫੀਲਡ ਵਿੱਚ ਜਿਹੜੇ ਤੁਹਾਨੂੰ ਡੀਮੋਟੀਵੇਟ ਕਰਦੇ ਆ, ਨਹੀਂ ਯਾਰ ਇਹ ਕੰਮ ਨਹੀਂ ਚੱਲਣਾ, ਇਹ ਕੰਮ ਇਦਾਂ ਆ, ਇਹ ਉਦਾਂ ਆ, ਇੱਥੇ ਮਿਹਨਤ ਬਹੁਤ ਆ, ਪੈਸੇ ਘੱਟ ਆ। ਪਰ ਤੁਹਾਨੂੰ ਦੱਸਿਆ ਸੀ ਬਾਈ ਹਰਵਿੰਦਰ ਨੇ ਇਹੋ ਜਿਹਾ ਜੋਸ਼ ਭਰਿਆ ਸੀ ਇੱਕ ਪੰਜਾਬੀ ਗੁਰਮੁਖੀ ਦੇ ਪ੍ਰਤੀ। ਮੈਂ ਉਹਨਾਂ ਦੀ ਵੀਡੀਓ ਦੇਖ ਦੇਖ ਕੇ ਦੇਖ ਕੇ ਇੰਨਾ ਕੁ ਇੰਸਪਾਇਰ ਹੋ ਗਿਆ ਸੀ ਕਿ ਮੈਂ ਸੋਚਿਆ ਸੀ ਕੰਮ ਕਰਨਾ ਹੀ ਕਰਨਾ, ਚਾਹੇ ਮੈਨੂੰ ਪੈਸੇ ਬਚਣ ਚਾਹੇ ਨਾ ਬਚਣ, ਮੈਂ ਇਹ ਕੰਮ ਕਰਨਾ ਹੀ ਕਰਨਾ। ਅੱਛਾ ਜੀ। ਅੱਛਾ, ਬਾਈ ਹਰਵਿੰਦਰ ਜੀ ਤੋਂ ਤੁਸੀਂ ਪ੍ਰੇਰਿਤ ਹੋ ਕੇ ਇਸ ਕੰਮ ਦੇ ਵਿੱਚ ਆ ਗਏ ਔਰ ਅੱਜ ਮਾਲਕ ਦੀ ਕਿਰਪਾ ਨਾਲ ਵਧੀਆ ਵਧੀਆ ਕੰਮ। ਅੱਛਾ ਵੀਰੇ, ਜਦੋਂ ਤੁਸੀਂ ਇਸ ਕੰਮ ਦੇ ਵਿੱਚ ਆਉਂਦੇ ਆ ਜੀ, ਸਾਡੀ ਫੈਮਿਲੀ ਦੇ ਵਿੱਚੋਂ ਜਾਂ ਸਾਡੇ ਆਂਢ ਗੁਆਂਢ ਸਾਡੇ ਰਿਸ਼ਤੇਦਾਰ ਭੈਣ ਭਾਈਆਂ ਦੇ ਵਿੱਚੋਂ ਸਾਨੂੰ ਕਿਹੜੇ ਐਸੇ ਵੀਰ ਭੈਣ ਹੈਗੇ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਹਰਮਨ ਤੁਸੀਂ ਵਧੀਆ ਕਰਦੇ, ਹੋਰ ਵਧੀਆ ਕਰੋ, ਆਪਾਂ ਤੁਹਾਡੇ ਨਾਲ, ਉਹਨਾਂ ਦਾ ਤੁਸੀਂ ਬਾਏ ਫੇਸ ਸਾਡੇ ਕੈਮਰੇ ਦੇ ਉੱਤੇ ਨਾਂ ਵੀ ਲੈ। ਜੀ ਜੀ, ਪੱਕਾ, ਇਹ ਕਾਫੀ ਹੱਦ ਤੱਕ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ। ਮਾੜੇ ਸਮੇਂ ਦੇ ਦੌਰ ਵਿੱਚ ਵੀ ਜਿੱਥੇ ਮੈਂ ਇੰਨਾ ਡਿੱਗ ਕੇ ਫੇਰ ਉੱਠਿਆ, ਮੇਰੇ ਪਰਿਵਾਰ ਦਾ ਬਹੁਤ ਸਾਥ ਆ ਮੈਨੂੰ ਅਤੇ ਮੇਰੇ ਭਾਜੀ ਜੀਜੇ ਜੀ ਹੁਣੀ, ਹੈ ਨਾ, ਅਤੇ ਮਾਤਾ ਪਿਤਾ ਅਮਨ ਬਾਈ ਇਕਬਾਲ ਜਿਹੜਾ ਹਰੇਕ ਵਕਤ ਮੇਰੇ ਨਾਲ ਖੜਾ, ਹੈ ਨਾ, ਅਤੇ ਕੁਛ ਮੇਰੇ ਤੋਂ ਦੂਰ ਵੀ ਹੋ ਗਏ ਮੇਰੇ ਜੱਟ, ਹੈ ਨਾ, ਅਤੇ ਕੁਛ ਬਹੁਤ ਸਾਰਿਆਂ ਦਾ ਪਿਆਰ, ਬਾਈ ਹਰਵਿੰਦਰ ਦਾ ਪੂਰਾ ਸਾਥ ਆ। ਅਤੇ ਹੁਣ ਤੱਕ ਆਪਾਂ ਕਿੰਨੇ ਕੁ ਪੰਕਤੀਆਂ ਜਾਂ ਗੁਰਬਾਣੀ ਦੇ ਜਾਂ ਕਿੰਨੇ ਕੁ ਮਾਡਲ ਇੱਦਾਂ ਦੇ ਤੁਸੀਂ ਤਿਆਰ ਕਰ ਚੁੱਕੇ? ਦੇਖੋ ਜੀ, ਇਹ ਔਨ ਦੀ ਸਪੋਟ ਆ, ਜਿਹਦਾ ਕੋਈ ਵੀ ਸ਼ਬਦ 1430 ਅੰਗਾਂ ਵਿੱਚੋਂ ਹਰੇਕ ਸੰਗਤ ਦਾ ਆਪਣਾ ਆਪਣਾ ਮਨ ਨੂੰ ਭਾਉਂਦਾ ਹੋਇਆ, ਹੈ ਨਾ, ਸ਼ਬਦ ਦਾ। ਅਤੇ ਇਹ ਜਿਹੜੇ ਜਿੰਨੇ ਵੀ ਸ਼ਬਦ ਤੁਸੀਂ ਦੇਖਦੇ ਹੋ, ਜਿੰਨੇ ਵੀ ਸਾਨੂੰ ਆਬਜੈਕਟ ਆਉਂਦੇ, ਉਹਦਾ ਇੱਕ ਅਸੀਂ ਐਕਸਟਰਾ ਕੱਢ ਕੇ ਇੱਥੇ ਰੱਖ ਲਈਦਾ, ਤਾਂ ਜੋ ਇੱਕ ਦਿਖਾ ਸਕਦੇ ਹਾਂ, ਜੇ ਉਹਨਾਂ ਨੂੰ ਕੋਈ ਪਸੰਦ ਆ ਤਾਂ ਇੱਥੋਂ ਹੀ ਲੈ ਕੇ ਜਾ ਸਕਦੇ ਹਾਂ। ਠੀਕ ਹੈ, ਠੀਕ ਹੈ। ਅੱਛਾ, ਇਸ ਕੰਮ ਦੇ ਵਿੱਚ ਸਾਡਾ ਕਿੰਨਾ ਕੁ ਖਰਚਾ ਆ ਜਾਂਦਾ ਹੈਗਾ? ਦੇਖੋ ਜੀ, ਖਰਚੇ ਤਾਂ ਚੱਲਦੇ ਹੀ ਰਹਿਣੇ ਆ, ਹੈ ਨਾ, ਇਹ ਤਕਰੀਬਨ ਜਿੰਨੀ ਇਹ ਇਸ ਕੰਮ ਵਿੱਚ ਖਰਚੇ ਦੇ ਨਾਲੋਂ ਤੁਹਾਡੀ ਮਿਹਨਤ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਇਸ ਫੀਲਡ ਵਿੱਚ ਕਿੰਨੀ ਮਿਹਨਤ ਕਰਦੇ ਹੋ? ਅਤੇ ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀਗੀ ਅਤੇ ਸਟਾਰਟਿੰਗ ਵਿੱਚ ਕਿੰਨੀ ਕੁ ਮਿਹਨਤ ਕੀਤੀ, ਉਸ ਤੋਂ ਬਾਅਦ ਫਿਰ? ਜੀ ਦੇਖੋ, ਮੈਂ ਤਾਂ ਉਸ ਟਾਈਮ ਦਿਨ ਰਾਤ ਹੀ ਮਿਹਨਤ ਕੀਤੀ, ਹੈ ਨਾ, ਸਵੇਰੇ 5 ਵਜੇ ਬਹਿ ਜਾਂਦਾ ਸੀ ਮਸ਼ੀਨ 'ਤੇ ਅਤੇ ਰਾਤ ਨੂੰ 8 ਵਜੇ ਉੱਠਦਾ ਸੀਗਾ। ਅੱਛਾ ਜੀ। ਅਤੇ ਉਸ ਫੀਲਡ ਵਿੱਚ ਫਿਰ ਹੁੰਦੇ 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 ਹੁਣ ਅੱਜ ਇਸ ਮੁਕਾਮ 'ਤੇ ਪਹੁੰਚੇ। ਠੀਕ ਹੈ। ਅਤੇ ਜਦੋਂ ਇਹਨਾਂ ਦੇ ਇੱਦਾਂ ਸਾਡੇ ਮੇਲੇ ਲੱਗਦੇ ਆ, ਜਿਹੜੇ ਸ਼ੋਅ ਲੱਗਦੇ ਜਿਹਨੂੰ ਆਪਾਂ ਬੋਲਦੇ ਨੇ, ਹੈ ਨਾ, ਪ੍ਰਦਰਸ਼ਨੀ ਵੀ ਬੋਲ ਦਿੰਦੇ ਆਪਾਂ। ਜੀ ਜੀ। ਹੁਣ ਤੱਕ ਕਿੰਨੀਆਂ ਕੁ ਪ੍ਰਦਰਸ਼ਨੀਆਂ, ਕਿੱਥੇ ਕਿੱਥੇ ਪ੍ਰਦਰਸ਼ਨੀਆਂ ਲਾ ਚੁੱਕੇ? ਜੀ ਦੇਖੋ, ਮੈਂ ਇਸ ਹੁਣ ਤੱਕ ਆਪਣੇ 2 ਸਾਲ ਦੇ ਫੀਲਡ ਵਿੱਚ ਸਿਰਫ 4 ਪ੍ਰਦਰਸ਼ਨੀਆਂ ਗਾਈਆਂ, 2 ਹੁਸ਼ਿਆਰਪੁਰ, ਇੱਕ ਹੁਸ਼ਿਆਰਪੁਰ ਬਾਰ ਬਾਰ ਰਾਜਵੰਤੀ ਸਟੇਡੀਅਮ ਜਿਹੜਾ ਹੁਸ਼ਿਆਰਪੁਰ ਵਿਰਸਾ ਲੱਗਦਾ ਆਪਣੇ ਕੋਲ, ਅਤੇ ਇੱਕ ਹੁਣੀ ਗੁਰਦਾਸਪੁਰ DC ਹੁਸ਼ਿਆਰਪੁਰ ਨੇ ਕਰਵਾਇਆ ਸੀ ਸਰਦਾਰ ਹਰੀ ਸਿੰਘ ਨਲਵੇ ਦੀ ਯਾਦ 'ਚ ਜੋਸ਼ ਉਤਸਵ, ਉਹਦੇ ਵਿੱਚ ਵੀ ਮੈਨੂੰ ਉਹਨਾਂ ਨੇ ਸੱਦਿਆ ਸੀ ਅਤੇ ਮੈਂ ਗਿਆ ਸੀਗਾ, ਵਧੀਆ ਰਿਸਪੋਂਸ ਮਿਲਿਆ ਉੱਥੇ ਵੀ ਸਾਨੂੰ। ਜਦੋਂ ਤੁਸੀਂ ਪ੍ਰਦਰਸ਼ਨੀਆਂ ਵਿੱਚ ਜਾਂਦੇ ਹੋ ਜੀ, ਉੱਥੇ ਦੇ ਲੋਕ ਤੁਹਾਨੂੰ ਕਿੱਦਾਂ ਦਾ ਰਿਸਪੋਂਸ ਦਿੰਦੇ ਹੈਗੇ ਆ? ਜਾਣ ਕੇ ਜੀ ਬਹੁਤ ਜ਼ਿਆਦਾ ਪਿਆਰ ਦਿੰਦੇ ਆ, ਕੁਛ ਇੱਕ ਸਰਦਾਰ ਬੰਦੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ, ਅਤੇ ਉੱਤੇ ਉਹ ਗੁਰਮੁਖੀ ਕਲਚਰ ਲੈ ਕੇ ਜਦੋਂ ਆਪਾਂ ਖੜ੍ਹੇ ਹੁੰਦੇ ਹਾਂ ਅਤੇ ਲੋਕ ਤਹਿ ਦਿਲ ਤੋਂ ਪਿਆਰ ਕਰਦੇ ਆ। ਹੁਣ ਵੀ ਜਿੱਥੇ ਹੁਣ ਮੈਂ ਪਹੁੰਚਿਆ ਆ, ਉਹ ਸਾਰਾ ਸੰਗਤਾਂ ਦਾ ਜਾਂ ਲੋਕਾਂ ਦਾ ਸਹਿਯੋਗ ਨਾਲ ਹੀ ਆ, ਕਿਉਂਕਿ ਜੋ ਵੀ ਕੱਢਦੇ ਆ ਉਹ ਸਾਨੂੰ ਕਹਿੰਦੇ ਆ, ਅਸੀਂ ਅੱਗੇ ਵੱਧਦੇ ਹਾਂ। ਆਪਣੇ 2 ਸਾਲ ਦੇ ਕੈਰੀਅਰ ਦੇ ਵਿੱਚ ਤੁਸੀਂ ਕਹਿੰਦੇ ਕਿ ਮੈਂ 4 ਪ੍ਰਦਰਸ਼ਨੀਆਂ ਲਾ ਚੁੱਕਾ। ਜੀ ਜੀ। 4 ਪ੍ਰਦਰਸ਼ਨੀਆਂ ਵਿੱਚੋਂ ਕੋਈ ਐਸੀ ਯਾਦਗਾਰ ਪ੍ਰਦਰਸ਼ਨੀ ਜਿੱਥੇ ਤੁਹਾਨੂੰ ਲੱਗਿਆ ਕਿ ਹਾਂ ਵੀ ਆਹ ਵਾਲੀ ਪ੍ਰਦਰਸ਼ਨੀ ਦੇ ਵਿੱਚ ਮੈਨੂੰ ਮੇਰੇ ਦਿਲ ਨੂੰ ਸਕੂਨ ਮਿਲਿਆ ਕਿ ਹਾਂ ਵੀ ਬਹੁਤ ਵਧੀਆ ਲੱਗੀ ਹੈਗੀ, ਜਿੱਥੇ ਬਹੁਤ ਸਾਰਾ ਲੋਕਾਂ ਦਾ ਪਿਆਰ ਮਿਲਿਆ ਵੇ? ਪੱਕਾ, ਮੈਂ ਤੁਹਾਨੂੰ, ਮੈਂ ਹੁਸ਼ਿਆਰਪੁਰ ਇਸੇ ਜਨਵਰੀ ਵਿੱਚ ਲੱਗਾ ਸੀਗਾ, ਮਾਰਚ ਵਿੱਚ ਸ਼ੋਅ ਜੋ ਕਿ ਸਾਡੀ ਗੌਰਮੈਂਟ ਨੇ ਕਰਵਾਇਆ ਹੋਇਆ ਸੀਗਾ, ਅਤੇ ਇੱਕ 70 ਸਾਲ ਦਾ ਬਜ਼ੁਰਗ ਤਕਰੀਬਨ ਪੋਹੀਰਾ ਦਾ ਹੁਸ਼ਿਆਰਪੁਰ ਤੋਂ ਸੀਗਾ, ਅਤੇ ਸਾਤੋਂ ਇੱਕ ਗੁਰਮੁਖੀ ਵਿੱਚ ਫੱਟੀ ਗਾਚੀ ਜਿਹੜੀ ਆਪਾਂ ਬਚਪਨ ਵਿੱਚ ਲਿਖਦੇ ਹਾਂ, ਆਪਾਂ ਹਮੇ ਜੀ ਜੀ ਆਪਾਂ ਹਮੇਸ਼ਾ ਹੀ ਉਹਨੂੰ ਰਖਵਾਈਦਾ ਸੀਗਾ ਉੱਥੇ, ਜਦ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਸਕਣ। ਅਤੇ ਉਹ ਬਜ਼ੁਰਗ ਜਦੋਂ ਸਾਡੇ ਕੋਲ ਆਇਆ, ਉਹ ਫੱਟੀ ਵੱਲ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਹੋ ਗਏ, ਕਿਉਂਕਿ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸੀ, ਅਤੇ ਜਦੋਂ ਉਹਨਾਂ ਨੇ ਲਿਖੀ ਆਪਣਾ ਨਾਮ ਲਿਖਿਆ ਹਰਭਜਨ ਸਿੰਘ, ਅਤੇ ਜਦੋਂ ਮੈਂ ਉਹਨਾਂ ਨੂੰ ਗੱਲਬਾਤ ਕੀਤੀ, ਬਾਬੂ ਕਾਹਤੋਂ ਭਾਵੁਕ ਕਾਹਤੋਂ ਹੋ ਗਏ, ਅਤੇ ਉਹ ਦੱਸਣ ਆਪੇ ਕਹਿੰਦਾ ਯਾਰ ਅੱਜ ਤੋਂ ਕਾਫੀ ਦੇਰ ਪਹਿਲਾਂ ਨਾ ਮੈਂ ਇਹ ਫੱਟੀ ਲਿਖਦਾ ਹੁੰਦਾ ਸੀ, ਅਤੇ ਕਹਿੰਦਾ ਉਦੋਂ ਆਪਾਂ ਝੋਲੇ 'ਚ ਪਾ ਕੇ ਲੈ ਕੇ ਜਾਈਦੀ ਸੀ ਫੱਟੀ ਬੋਰੇ 'ਚ ਸਕੂਲ ਟਾਈਮ 'ਤੇ, ਅਤੇ ਕਹਿੰਦੇ ਜਦੋਂ ਅਸੀਂ ਬਚਪਨ, ਮੈਂ ਕਹਿੰਦਾ ਰਾਤ ਦੀਵੇ ਨਾਲ ਲਿਖੀ ਉਹ ਫੱਟੀ, ਅਤੇ ਕਹਿੰਦਾ ਜਾਂਦੇ ਜਾਂਦੇ ਮੀਂਹ ਆ ਗਿਆ ਬੋਰੇ ਦੇ ਵਿੱਚੋਂ, ਤਿਪਕਾ ਤਿਪਕਾ ਪੈ ਕੇ ਫੱਟੀ ਵਿੱਚ ਜਿੱਦਾਂ ਸ਼ਾਹੀ ਉਤਰ ਗਈ, ਅਤੇ ਕਹਿੰਦਾ ਮੈਂ ਜਿੱਦਾਂ ਹੀ ਗਿਆ ਸਕੂਲ ਫੱਟੀ ਕੱਢੀ, ਤਾਂ ਕਹਿੰਦਾ ਮੇਰੇ ਮਾਸਟਰ ਨੇ ਮੈਨੂੰ ਬਹੁਤ ਕੁੱਟਿਆ, ਅਤੇ ਕਹਿੰਦਾ ਉਹਨੂੰ ਫੱਟੀ ਦੇਖ ਕੇ ਨਾ ਕਹਿੰਦਾ ਮੈਨੂੰ ਉਹਦੀ ਯਾਦ ਆ ਗਈ ਵੀ ਜਾਣੀ ਕਿ ਉਹਨੂੰ ਆਪਣਾ ਬਚਪਨ ਯਾਦ ਆ ਗਿਆ। ਬਹੁਤ ਸਾਰੇ ਇੱਕ ਮਾਤਾ ਮਿਲੀ ਸੀਗੀ, ਉਹਨਾਂ ਨੇ ਜਿੱਦਾਂ ਸ਼ਾਹੀ ਆਪਾਂ ਲਿਖਦੇ ਆਪਣੇ ਇੱਦਾਂ ਬੁੱਕਲ 'ਤੇ ਆ ਗਈ ਫੱਟੀ ਨੂੰ, ਜਦੋਂ ਬੁੱਕਲ 'ਤੇ ਗਈ ਤਾਂ ਮੈਨੂੰ ਬੜਾ ਵਧੀਆ ਲੱਗਾ ਕਿ ਯਾਰ ਮੈਂ ਵਾਕਈ ਕੁਛ ਇਹਨਾਂ ਵਾਸਤੇ ਕਰ ਰਿਹਾ ਪੰਜਾਬੀ ਸੱਭਿਆਚਾਰ ਵਾਸਤੇ, ਹੈ ਨਾ।
ਸਾਡੇ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਬਚਾ ਰਹੇ ਹੈਗੇ ਆ। ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਆ, ਨਿਊ ਜਨਰੇਸ਼ਨ ਆ, ਅੱਜ ਜ਼ਿਆਦਾਤਰ ਸਾਡੇ ਲੋਕਾਂ ਨੇ ਦੌਰ ਫੜਿਆ ਹੈਗਾ ਕਿ ਆਪਾਂ ਬਾਹਰ ਬਾਹਰ ਨੂੰ ਬਾਹਰ ਜਾਣ ਕੇ ਦੂਜੀਆਂ ਕੰਟਰੀਆਂ ਵਿੱਚ ਜਾ ਕੇ ਆਪਾਂ ਉਹਨਾਂ ਦਾ ਸੱਭਿਆਚਾਰ ਅਪਣਾ ਰਹੇ ਹਾਂ, ਆਪਣਾ ਵਿਰਸਾ ਛੱਡ ਰਹੇ। ਉਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਜੀ, ਪੰਜਾਬ ਵਿੱਚ ਜਿਹੜਾ ਬੰਦਾ ਕਿਰਤ ਕਰਦਾ ਉਹ ਕਦੇ ਨਹੀਂ ਮਰਦਾ ਜੀ। ਇਹ ਗੱਲ ਨੋਟ ਕਰ ਲਓ, ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਗੁਰੂਆਂ ਪੀਰਾਂ ਨਾ ਬਹੁਤ ਜ਼ਿਆਦਾ ਸਟਰਗਲ ਕੀਤਾ, ਸਾਡੇ ਸਿੱਖ ਕੌਮ ਨੇ ਕਾਫੀ ਦਿੱਤੇ, ਬਲਿਦਾਨ ਦਿੱਤੇ ਨੇ ਨਾ, ਅਤੇ ਇਹ ਜਿਹੜੀ ਧਰਤੀ ਆ ਇੱਥੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਕਦੇ ਨਹੀਂ ਮਰਦਾ ਜੀ। ਔਰ ਸਾਡੇ ਲੋਕ ਜਿਹੜੇ ਹੈਗੇ ਆ ਹਰਮਨ ਜੀ, ਜਿਹੜੇ ਸਾਡੇ ਲੋਕ ਹੈਗੇ ਆ ਉਹਨਾਂ ਨੇ ਸਾਡੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵੱਲ ਨੂੰ ਕੂਚ ਕਰ ਲਈ ਹੈਗੀ ਆ ਜੀ। ਜਦਕਿ ਉਹ ਦੂਜੀਆਂ ਭਾਸ਼ਾ 'ਤੇ ਡਿਪੈਂਡ ਹੋ ਗਿਆ, ਆਪਣੀ ਮਾਂ ਬੋਲੀ ਭਾਸ਼ਾ ਜਿਹੜੀ ਸਾਨੂੰ ਗੁਰੂਆਂ ਨੇ ਭਾਸ਼ਾ ਦਿੱਤੀ ਹੈਗੀ ਆ 35 ਅੱਖਰੀ ਪੰਜਾਬੀ ਮਾਂ ਬੋਲੀ, ਉਹਨੂੰ ਲੋਕ ਛੱਡੀ ਜਾ ਰਹੇ ਹੈਗੇ। ਦੇਖੋ ਜੀ, ਇਹ ਤਾਂ ਡਿਪੈਂਡ ਕਰਦਾ ਤੁਹਾਡੇ ਪਰਿਵਾਰ 'ਤੇ ਹੈ ਨਾ, ਤੁਹਾਡੀ ਫਿਜੀਕਲ, ਇਹ ਡਿਪੈਂਡ ਕਰਦਾ ਤੁਹਾਡੀ ਆਰਥਿਕ 'ਤੇ। ਆਪਾਂ ਸਿਰਫ ਬਾਹਰ ਜਾਂਦੇ ਸੀ ਪਹਿਲਾਂ ਪੈਸਾ ਕਮਾਉਣ ਵਾਸਤੇ, ਪਰ ਹੌਲੀ ਹੌਲੀ ਆਪਾਂ PR ਲਈ ਜਾਂਦੇ, ਉੱਥੇ ਜੋਗੇ ਰਹੀ ਜਾਂਦੇ ਹੈ ਨਾ, ਉਹਨਾਂ ਦਾ ਕਲਚਰ ਅਪਣਾਈ ਜਾਂਦੇ ਹਾਂ। ਪਰ ਪੰਜਾਬ ਵਿੱਚ ਰਹਿ ਕੇ ਜੇ ਤੁਸੀਂ ਪੰਜਾਬੀ ਨਹੀਂ ਬੋਲਦੇ ਤਾਂ ਮੈਂ ਸਮਝਦਾ ਤੁਹਾਡਾ ਜ਼ਮੀਰ ਜਿਹੜਾ ਮਰ ਚੁੱਕਾ। ਅੱਜ ਹਰਮਨ ਵੀਰੇ, ਜਿੱਦਾਂ ਬਹੁਤ ਸਾਰੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੈਗੀ ਆ, ਕਿ ਇੱਦਾਂ ਦੇ ਹੈਗੇ ਆ ਕਿ ਉਹਨਾਂ ਨੂੰ ਊੜੇ ਆੜਾ ਹਲੇ ਤੱਕ ਆਉਂਦਾ ਹੀ ਨਹੀਂ ਹੈਗਾ, ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਬੇਸਿਕ ਆ ਸਾਡਾ, ਜਦੋਂ ਅਸੀਂ ਊੜੇ ਆੜਾ ਪੜ੍ਹਾਂਗੇ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਇਹ ਜਿਹੜੀ ਪ੍ਰਥਾ ਜਿਹੜੀ ਊੜੇ ਆੜੇ ਦੀ 35 ਅੱਖਰ ਉਹਨਾਂ ਦੀ ਰਚਨਾ ਨੇ, ਇਹ ਜਿਹੜੇ 35 ਗੁਰਮੁਖੀ ਅੱਖਰ ਨੇ। ਸਾਡੇ ਪੰਜਾਬ ਵਿੱਚ ਪਹਿਲਾਂ 2 ਗੁਰਮੁਖੀਆਂ ਸੀ, ਗੁਰਮੁਖੀ ਅਤੇ ਸ਼ਾਹਮੁਖੀ। ਜਿਹੜੀ ਸ਼ਾਹਮੁਖੀ ਆ ਉਹ ਪਾਕਿਸਤਾਨ ਵਿੱਚ ਬੋਲਦੇ ਆ, ਉਹ ਜਿਹੜੀ ਗੁਰਮੁਖੀ ਆ ਉਹ ਹੁਣ ਸਾਡੇ ਪੰਜਾਬ ਵਿੱਚ ਬੋਲਦੇ ਆ, ਨਵਾਂ ਪੰਜਾਬ ਜਿਹਨੂੰ ਆਪਾਂ ਕਹਿ ਸਕਦੇ ਹਾਂ। ਅਤੇ ਇਹ ਜਿਹੜੀ ਗੁਰਮੁਖੀ ਹੈ ਸਾਨੂੰ ਆਉਣੀ ਬਹੁਤ ਜ਼ਰੂਰੀ ਆ। ਆਪਾਂ ਹੁਣ ਮਾਡਰਨ ਐਜੂਕੇਸ਼ਨ ਵੱਲ ਜ਼ਿਆਦਾ ਹੋ ਗਏ ਹਾਂ, ਕੁਛ ਪੰਜਾਬ ਸਰਕਾਰ ਦੀ ਗਲਤੀਆਂ, ਜਿਹੜੇ ਪੰਜਾਬੀ ਸਕੂਲ ਬੰਦ ਹੋਈ ਜਾਂਦੇ ਆ, ਟੀਚਰ ਵਧੀਆ ਨੇ ਪਰ ਸਿੱਖਿਆ ਜ਼ੀਰੋ ਨੇ ਜੀ। ਅਤੇ ਜਾਂਦੇ ਜਾਂਦੇ ਹਰਮਨ ਵੀਰੇ, ਸਾਡੇ ਦਰਸ਼ਕ ਵੀਰਾਂ ਨੂੰ ਕੋਈ ਤੁਸੀਂ ਸੁਝਾਅ ਤਾਂ ਜੋ ਤੁਹਾਡਾ ਕੰਮ ਕਾਜ ਇਸ ਵੀਡੀਓ ਨੂੰ ਦੇਖ ਕੇ ਕੋਈ ਹੋਰ ਵੀਰ ਭੈਣ ਸਾਡੇ ਇਸ ਕੰਮ ਦੇ ਵਿੱਚ ਆਉਣਾ ਚਾਹੇ, ਉਹਨਾਂ ਲਈ ਤੁਸੀਂ ਕੁਛ ਸੁਝਾਅ ਦੇਣਾ ਚਾਹੁੰਦੇ? ਜੀ ਜੀ ਪੱਕਾ ਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਵਿੱਚ ਰਹਿ ਕੇ ਤੁਸੀਂ ਪੰਜਾਬੀ ਲਈ ਕੰਮ ਕਰੋ, ਬਹੁਤ ਵੱਡੀ ਗੱਲ ਆ। ਅਤੇ ਰਹੀ ਗੱਲ ਮੇਰੀ ਦੁਕਾਨ ਸ਼ੋਪ ਦੀ, ਤੁਸੀਂ ਸਾਡੇ ਕੋਲ ਗੁਰਬਾਣੀ ਵਿੱਚ ਕੁਛ ਵੀ ਬਣਵਾ ਸਕਦੇ ਹੋ, 1430 ਅੰਗਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚ ਕੋਈ ਵੀ ਟੁੱਕ ਗੁਰੂ ਸਾਹਿਬ ਦੀ ਬਾਣੀ, ਭੱਟਾ ਦੀ ਬਾਣੀ ਜਾਂ ਐਨੀ ਅਦਰ 1430 ਅੰਗਾਂ ਵਿੱਚੋਂ ਕੋਈ ਵੀ ਸ਼ਬਦ ਜਿਹੜਾ ਤੁਹਾਡੇ ਮਨ ਨੂੰ ਬਹੁਤ ਜ਼ਿਆਦਾ ਭਾਉਂਦਾ ਉਹ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ। ਠੀਕ ਆ ਦੋਸਤੋ, ਇਹ ਹਨ ਸਾਡੇ ਨਾਲ ਵੀਰ ਹਰਮਨ ਸਿੰਘ ਜੀ ਮੂਨਕਾ ਵਾਲੇ, ਜਿਨ੍ਹਾਂ ਨੇ ਇੱਕ ਮਾਂ ਬੋਲੀ ਪੰਜਾਬੀ ਨੂੰ ਸਾਂਭ ਕੇ ਰੱਖਿਆ ਹੈਗਾ। ਔਰ ਆਪਣੇ ਤੁਸੀਂ ਆਪਣੇ ਘਰ ਦੇ ਵਿੱਚ ਘੜੀਆਂ ਦੇ, ਕਲੋਕਾਂ ਦੇ, ਫੱਟੀਆਂ ਦੇ, ਅਗਰ ਕਿਸੇ ਨੂੰ ਵੀ ਕੋਈ ਵੀ ਪੰਜਾਬੀ ਦੀਆਂ ਲਾਈਨਾਂ ਇੰਗਲਿਸ਼ ਦੇ ਆਪਣੇ ਪੰਜਾਬੀ ਦੇ ਵਿੱਚ ਲਿਖੀਆਂ ਚਾਹੀਦੀਆਂ, ਗੁਰਬਾਣੀ ਦੀਆਂ ਕੋਈ ਵੀ ਲਾਈਨਾਂ, ਤੁਸੀਂ ਵੀਰ ਦੇ ਨਾਲ ਕੰਟੈਕਟ ਕਰ ਸਕਦੇ ਹੋ। ਹਰਮਨ ਵੀਰੇ, ਆਪਣਾ ਤੁਸੀਂ ਕੰਟੈਕਟ ਨੰਬਰ ਵੀ ਦੇ ਸਕਦੇ ਹਾਂ ਜੀ, 7348-72-399। ਦੋਸਤੋ, ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ। ਪਹਿਲੀਆਂ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਸਾਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ। ਥੈਂਕ ਯੂ, ਧੰਨਵਾਦ ਹਰਮਨ ਵੀਰੇ, ਤੁਹਾਡਾ ਵੀ ਸਾਡੇ ਪੰਜਾਬੀ ਰੰਗ ਟੀਵੀ 'ਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਬਬੂ ਭਾਅ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਅਤੇ ਪੰਜਾਬੀ ਗੁਰਮੁਖੀ ਵਿੱਚ ਤੁਹਾਡਾ ਵੀ ਇਹ ਜਿਹੜਾ ਯੋਗਦਾਨ ਲਿਖਿਆ ਜਾਊਗਾ ਕਿਤੇ ਨਾ ਕਿਤੇ। ਬਹੁਤ ਬਹੁਤ ਧੰਨਵਾਦ।